ਬਾ ਜੀ ਸਹੁਰਾ ਪਰਿਵਾਰ ਜੀ ਤੰਗ ਬਹੁਤ ਕਰਦਾ ਸੀ ਇਹਨੂੰ। ਵਿਆਹ ਨੂੰ 20 ਦਿਨ ਹੋਏ ਸੀਗੇ ਅਤੇ ਇਹਦੇ ਮਾਤਾ ਜੀ ਇਹਦੇ ਹੈਗੇ ਆ ਸੱਸ ਇਹਦੀ। ਬਾ ਜੀ ਉਹਨੇ ਬਸ ਉਹਦੇ ਸਹੁਰੇ ਮੁਤਾਬਕ ਲਿਖਿਆ ਕਿ ਉਹਨੇ ਮਤਲਬ ਕਿ ਕਿਹਾ ਕਿ ਜਦੋਂ ਮੈਂ ਸਾਨੂੰ ਮਰਨ ਦਾ ਦੋਸ਼ੀ ਸਾਡੇ ਮੇਰੇ ਸਹੁਰੇ ਪਰਿਵਾਰ ਹੀ ਆ ਸਾਰੇ। ਉਹ ਕਹਿੰਦੇ ਸੀ ਕੁੜੀ ਮੈਂ ਤੋੜਦੀ ਨਹੀਂ, ਕੁੜੀ ਮੈਂ ਤਲਾਕ ਲੈਣਾ ਵਾ। ਸਰ ਲੈਟਰ ਸੀਗਾ ਜਿਹੜਾ ਜੀ ਉਹ ਮਿਲਿਆ ਵਾ, ਠੀਕ ਆ ਜੀ, ਅਤੇ ਚੱਪਲਾਂ ਬਰਾਮਦ ਹੋਈਆਂ ਜੀ ਮੌਕੇ ਵਾਰਦਾਤ ਤੋਂ। ਸਹੁਰਿਆਂ ਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਸੀ, ਪਰ ਇਹਨੇ ਬੰਦੇ ਨੇ ਸਾਨੂੰ ਦਿਲ 'ਚ ਰੱਖੀ ਪਰ ਸਾਨੂੰ ਦੱਸਿਆ ਨਹੀਂ। ਦੀਰਾਂ ਨੂੰ ਆਣ ਕੇ ਉਹਦੀ ਕੁੜੀ ਨੂੰ ਲੈ ਜਾਂਦੇ ਸੀ, ਭੂਆ ਨੂੰ ਵੀ ਕੁੱਟ ਕੇ ਮਾਰ ਕੇ ਗਏ ਸੀ, 5-7 ਜਣੇ ਬੰਦੇ ਆਏ ਸੀ। ਫਿਰੋਜ਼ਪੁਰ ਦੇ ਨੌਜਵਾਨ ਲਵਪ੍ਰੀਤ ਸਿੰਘ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਸਰਹੱਦ ਫੀਡਰ ਨਹਿਰ 'ਚ ਛਾਲ ਮਾਰ ਕੇ ਆਪਣਾ ਜੀਵਨ ਖਤਮ ਕਰ ਲਿਆ ਹੈ। ਜਾਣਕਾਰੀ ਲਵਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਜਾ ਰਹੀ ਹੈ ਕਿ ਲਵਪ੍ਰੀਤ ਦਾ ਪਹਿਲੀ ਪਤਨੀ ਨਾਲੋਂ ਤਲਾਕ ਹੋ ਗਿਆ ਸੀ ਤੇ ਦੂਜਾ ਵਿਆਹ 6 ਮਹੀਨੇ ਬਾਅਦ ਫਿਰੋਜ਼ਪੁਰ ਦੇ ਪਿੰਡ ਤੁੰਬੜਭੰਨ ਦੀ ਰਹਿਣ ਵਾਲੀ ਕੁੜੀ ਨਾਲ ਹੋਇਆ ਸੀ। ਲਵਪ੍ਰੀਤ ਇੱਕ ਬੇਕਰੀ ਦੀ ਦੁਕਾਨ ਤੇ ਕੰਮ ਕਰਦਾ ਸੀ ਤੇ ਲਵਪ੍ਰੀਤ ਦਾ ਸਹੁਰਾ ਪਰਿਵਾਰ ਉਸਨੂੰ ਦਿਮਾਗੀ ਤੌਰ ਤੇ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ। ਬੀਤੇ ਦਿਨ ਜਦੋਂ ਲਵਪ੍ਰੀਤ ਮੋਟਰਸਾਈਕਲ ਤੇ ਕੰਮ ਕਰਨ ਦੇ ਲਈ ਘਰੋਂ ਗਿਆ ਤਾਂ ਉਹ ਘਰ ਵਾਪਸ ਨਹੀਂ ਪਰਤਿਆ। ਜਿਸ ਦੀ ਭਾਲ ਕਰਨੀ ਸ਼ੁਰੂ ਕੀਤੀ ਗਈ ਤੇ ਪਿੰਡ ਠੇਠਰ ਸਰਹੱਦ ਨਹਿਰ ਤੇ ਵੇਖਿਆ ਤਾਂ ਉਸਦਾ ਮੋਟਰਸਾਈਕਲ ਤੇ ਚੱਪਲਾਂ ਦਾ ਜੋੜਾ ਤੇ ਨਾਲ ਇੱਕ ਪੰਜਾਬੀ 'ਚ ਸੁਸਾਈਡ ਨੋਟ ਬਰਾਮਦ ਹੋਇਆ, ਜਿਸ 'ਚ ਮ੍ਰਿਤਕ ਲਵਪ੍ਰੀਤ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਬਾਰੇ ਲਿਖਿਆ ਸੀ। ਪੁਲਿਸ ਨੇ ਲਵਪ੍ਰੀਤ ਦੇ ਸਹੁਰੇ ਪਰਿਵਾਰ ਦੇ 10 ਮੈਂਬਰਾਂ ਖਿਲਾਫ਼ ਪਰਚਾ ਦਰਜ ਕਰ ਲਿਆ ਹੈ ਤੇ ਪੂਰੀ ਜਾਂਚ ਹੁਣ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ 'ਚ ਕੀਤੀ ਜਾਵੇਗੀ। ਬਾ ਜੀ ਸਹੁਰਿਆਂ ਤੋਂ ਤੰਗ ਹੋ ਕੇ ਇਹਨੇ ਕਦਮ ਕੀਤਾ ਸੀ, ਸਾਰਾ ਕੀਤਾ ਸੀ। ਕਿੱਥੋਂ ਰਹਿਣ ਵਾਲਾ ਸੀ? ਤਲਵੰਡੀ ਭਾਈ ਦਾ ਜੀ। ਹਾਂਜੀ, ਤਲਵੰਡੀ ਭਾਈ ਦਾ ਕੀ ਕਰਦਾ ਸੀ? ਇਹ ਆਪਣੀ ਦੁਕਾਨ ਦਾ ਕੰਮ ਕਰਦੇ ਸੀ, ਮਾਮੇ ਦੀ ਦੁਕਾਨ ਤੇ ਜੀ, ਬੇਕਰੀ ਵਾਲੇ ਦੇ। ਬੇਕਰੀ ਵਾਲੇ? ਹਾਂਜੀ, ਉੱਥੇ ਕੰਮ ਕਰਦੇ ਸੀ ਦੋਵੇਂ ਅਸੀਂ। ਤੇ ਵਿਆਹ ਕਿੱਥੇ ਸੀ? ਤੁੰਬੜਭੰਨ ਜੀ। ਤੁੰਬੜਭੰਨ? ਹਾਂਜੀ। ਕੀ ਸਹੁਰਾ ਪਰਿਵਾਰ ਕੀ ਕਹਿੰਦਾ? ਬਾ ਜੀ ਸਹੁਰਾ ਪਰਿਵਾਰ ਜੀ ਤੰਗ ਬਹੁਤ ਕਰਦਾ ਸੀ ਇਹਨੂੰ। ਵਿਆਹ ਨੂੰ 20 ਦਿਨ ਹੋਏ ਸੀਗੇ ਤੇ ਇਹਦੇ ਮਾਤਾ ਜੀ ਇਹਦੇ ਹੈਗੇ ਆ ਸੱਸ ਇਹਦੀ। ਪਹਿਲਾਂ ਹੀ ਆ ਗਏ ਸੀ, ਲੈ ਗਏ ਰਾਤ ਨੂੰ 12 ਵਜੇ ਕੁੜੀ ਲੈ ਜਾਂਦੇ ਸੀਗੇ। ਦੋ ਤਿੰਨ ਵਿੱਚ ਚਾਂਸ ਹੋਏ ਸੀ ਇਹਨਾਂ ਦੇ। ਹਾਂਜੀ ਹਾਂਜੀ, ਉਹ ਕਹਿੰਦੇ ਸੀ ਕੁੜੀ ਮੈਂ ਤੋੜਦੀ ਨਹੀਂ, ਕੁੜੀ ਮੈਂ ਤਲਾਕ ਲੈਣਾ ਵਾ। ਹਾਂਜੀ ਹਾਂਜੀ, ਬਹੁਤ ਲਿਖਿਆ ਬਾਜੀ ਉਹਨੇ, ਬਸ ਉਹਦੇ ਸਹੁਰੇ ਮੁਤਾਬਕ ਲਿਖਿਆ ਕਿ ਉਹਨੇ ਮਤਲਬ ਕਿ ਕਿਹਾ ਕਿ ਜਦੋਂ ਮੈਂ ਸਾਨੂੰ ਮਰਨ ਦਾ ਦੋਸ਼ੀ ਸਾਡੇ ਮੇਰੇ ਸਹੁਰੇ ਪਰਿਵਾਰ ਹੀ ਆ ਸਾਰੇ। ਨੋਟਿਸ ਲਿਖਿਆ? ਹਾਂਜੀ ਹਾਂਜੀ। ਸੁਸਾਈਡ ਨੋਟਿਸ ਮਿਲਿਆ? ਹਾਂਜੀ ਹਾਂਜੀ, ਨਹਿਰ ਤੋਂ। ਨਹਿਰ ਤੋਂ ਮਿਲਿਆ? ਹਾਂਜੀ, ਮੋਟਰਸਾਈਕਲ ਵਿੱਚ ਪਿਆ। ਹਾਂਜੀ, ਤੇ ਉਸ ਤੋਂ ਬਾਅਦ ਨਹਿਰ ਚਾਲ ਮਾਰ ਕੇ? ਹਾਂਜੀ, ਛਾਂਗ ਮਾਰ ਗਏ। ਤੁਹਾਨੂੰ ਡੈੱਡ ਬੋਡੀ ਕਿਵੇਂ ਮਿਲੀ? ਸਾਨੂੰ ਡੈੱਡ ਮਿਲੀ ਜੀ, ਆਪਣਾ ਠੇਠਰ ਕਲਾਂ ਪਿੰਡ ਹੈ ਜੀ। ਕਿਸੇ ਨੇ ਤਲਾਹ ਦਿੱਤੀ ਜਾਂ ਪੜਤਾਲ ਕੀਤੀ? ਪੜਤਾਲ ਕੀਤੀ ਸੀ ਅਸੀਂ ਜੀ। ਕਿੱਥੇ ਪਿਆ ਸੀ? ਵਾਹਣ 'ਚ ਪਿਆ ਸੀ? ਕਹਿੰਦਾ ਵਾਹਣ 'ਚ ਨਹੀਂ, ਆਪਣੇ ਅੱਗੇ ਨਾ ਵੀ ਆ ਜਾਂਦੀ ਜੀ ਕੱਚੀ ਨੀਂਹ, ਉੱਥੇ ਜਾ ਕੇ ਮਿਲਿਆ ਸਾਨੂੰ ਬ੍ਰਹਮਤਾ। ਮੁੰਡੇ ਦਾ ਕਿਵੇਂ ਕਿਸ ਤਰ੍ਹਾਂ ਘਰੋਂ ਗਿਆ ਸੀ ਗਿਆ ਵਾਪਸ ਇਹ ਕੀ ਕਾਰਨ? ਉਹ ਦੁਕਾਨ ਤੇ ਗਿਆ ਸੀ ਜੀ, ਵਾਪਸ ਦੁਕਾਨ ਤੋਂ। ਹਾਂ, ਸਿੱਧਾ ਆਪਾਂ ਰਾਤ ਨੂੰ ਜਾ ਵੜਿਆ ਜੀ, ਉਸ ਤੋਂ ਬਾਅਦ ਵਾਪਸ ਨਹੀਂ ਆਇਆ ਜੀ। ਯਾਰ ਛਾਲ ਮਾਰਤੀ? ਹਾਂਜੀ, ਛਲਾਂਗ ਮਾਰਤੀ ਜੀ, ਰਾਤ ਨੂੰ 10 ਵਜੇ ਸੀ ਅੰਦਾਜ਼ਾ, 9 ਵਜੇ ਜੀ। ਕੀ ਤੁਹਾਨੂੰ ਮਿਲਿਆ ਜਿਹੜਾ ਰਹਿ ਸਕੇ? ਉਹ ਮੋਟਰਸਾਈਕਲ ਵਿੱਚ ਜੀ ਆਪਣਾ ਇਹਦਾ ਲੈਟਰ ਸੀਗਾ ਜਿਹੜਾ ਜੀ ਉਹ ਮਿਲਿਆ ਵਾ, ਠੀਕ ਆ ਜੀ, ਤੇ ਚੱਪਲਾਂ ਬਰਾਮਦ ਹੋਈਆਂ ਜੀ ਮੌਕੇ ਵਾਰਦਾਤ ਤੋਂ। ਮੋਟਰਸਾਈਕਲ ਵੀ ਖੜਾ? ਹਾਂਜੀ, ਮੋਟਰਸਾਈਕਲ ਖੜਾ ਸੀ ਉੱਥੇ ਜੀ। ਭਾਲ ਕੀਤੀ ਤੇ ਨਹਿਰ ਤੇ ਮਿਲਿਆ? ਹਾਂਜੀ। ਕਾਰਵਾਈ ਦੀ ਕੀ? ਬਸ ਸਾਡੇ ਇਹ ਅਸੀਂ ਇਨਸਾਫ ਹੋ ਜਾਈਦਾ ਜੀ, ਦੱਸਾਂ ਜਿਹੜੇ ਪਰਚੇ ਦਰਜ ਕੀਤੇ ਆ ਜੀ, ਦਹੇ ਦਹੇ ਬੰਦੇ ਮਤਲਬ ਉੱਥੇ ਹੋ ਜਾਈਦੇ ਥਾਣੇ ਵਿੱਚ। ਮਾਂ ਪਿਓ ਤਾਂ ਇਕੱਲੇ?
ਕੱਲਾ ਪੁੱਤ ਸੀਗਾ ਜੀ। ਹਾਂਜੀ ਹਾਂਜੀ, ਇਹ ਦੋ ਭੈਣਾਂ ਦਾ ਭਰਾ ਜੀ, ਕੱਲਾ ਕੱਲਾ ਜੀ। ਕੱਲਾ ਕੱਲਾ ਸੀਗਾ। ਹਾਂਜੀ, ਤੇ ਕੀ ਹੋਇਆ ਜਿਹੜੀ ਇਹਨੂੰ ਇੰਨੀ ਨੌਬਤ ਆ ਗਈ? ਨੌਬਤ ਇਹਨੇ ਸਹੁਰਿਆਂ ਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਸੀ, ਪਰ ਇਹਨੇ ਬੰਦੇ ਨੇ ਸਾਨੂੰ ਦਿਲ 'ਚ ਰੱਖੀ ਪਰ ਸਾਨੂੰ ਦੱਸਿਆ ਨਹੀਂ। ਅਸੀਂ ਇਹਦੇ ਨਾਲ ਇੱਕ ਦੋ ਵਾਰੀ ਖੜ੍ਹੇ ਜੀ ਨਾਲ ਜ਼ਰੂਰ, ਪਰ ਇਸ ਬੰਦੇ ਨੇ ਸਾਨੂੰ ਇੰਨਾ ਨਹੀਂ ਪਤਾ ਜੀ। ਇਹਨੂੰ ਰਾਤ ਨੂੰ ਅੱਧੀ ਰਾਤ ਨੂੰ ਆਣ ਕੇ ਆਪਦੀ ਕੁੜੀ ਨੂੰ ਲੈ ਜਾਂਦੇ ਸੀ, ਭੂਆ ਨੂੰ ਵੀ ਕੁੱਟ ਕੇ ਮਾਰ ਕੇ ਗਏ ਜੀ। 5-7 ਜਣੇ ਬੰਦੇ ਆਏ ਸੀ ਅਤੇ ਕੁੱਟ ਮਾਰ ਕੇ ਆਪਦੀ ਧੀ ਨੂੰ ਲੈ ਗਏ। ਇਹਨਾਂ ਨੇ ਕੋਸ਼ਿਸ਼ ਕੀਤੀ ਜੀ ਕਿ ਨਹੀਂ, ਅਸੀਂ ਆਪਦੀ ਧੀ ਇੱਕ ਵੀ ਤੁਸੀਂ ਵਿਆਹਤੀ ਆ, ਅਸੀਂ ਆਪਦੇ ਘਰ ਰੱਖਾਂਗੇ, ਸਾਡੀ ਨੌਂ ਇਸ ਘਰ ਦੀ, ਤੁਸੀਂ ਇਸ ਚੀਜ਼ ਦਾ ਖੇਡ ਬਣਾ ਲਈ ਆ ਕਿ ਕਿਤੇ ਲੈ ਗਏ ਕਿਤੇ ਛੱਡ ਗਏ ਜੀ। ਪਰ ਅਸੀਂ ਇਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਫੜਨ ਦੀ, ਪਰ ਇਸ ਬੰਦਿਆਂ ਨੇ ਜੀ ਮੇਰੀ ਭੂਆ ਨੂੰ ਬਹੁਤ ਹੀ ਘਰ ਆਣ ਕੇ ਕੁੱਟ ਮਾਰ ਕੀਤੀ, ਠੀਕ ਹੈ ਜੀ। ਇਸ ਗੱਲ ਤੋਂ ਉਹ ਮੁੰਡਾ ਪਰੇਸ਼ਾਨ ਹੋ ਕੇ ਇਸ ਚੀਜ਼ ਦਾ ਸਦਮਾ ਨਹੀਂ ਸਹਿ ਸਕਿਆ ਜੀ ਕਿ ਮੇਰੀ ਮਾਂ ਨੂੰ ਘਰ ਆਣ ਕੇ ਕੁੱਟ ਗਿਆ ਜੀ, ਅਤੇ ਮੇਰੀ ਜਨਾਨੀ ਵੀ ਚਲੀ ਗਈ, ਮੈਂ ਦੂਰੀ ਵਾਰ ਵਿਆਹ ਕਰਾਇਆ, ਇਹ ਵੀ ਨਹੀਂ ਘਰ ਮੇਰਾ ਵੱਸਿਆ ਜੀ, ਇਸ ਕਰਕੇ ਉਹ ਸੁਸਾਈਡ ਕਰ ਲਏ। ਮੁੰਡਾ ਜੀ ਮਾਮੇ ਦੁਕਾਨ 'ਤੇ ਆਈਸਕ੍ਰੀਮ ਵਾਲੀ ਦੁਕਾਨ 'ਤੇ ਲੱਗਾ ਜੀ। ਹਾਂਜੀ, ਘਰੋਂ ਗਿਆ ਤੇ ਘਰੋਂ ਗਿਆ ਜੀ, ਰਾਤ ਨੂੰ 9:30 ਵਜੇ ਦੱਸ ਕੇ ਨਹੀਂ ਗਿਆ ਜੀ ਕੁਛ ਵੀ, ਜਾਣੀ ਕਿ ਦਿਲ 'ਤੇ ਸਦਮਾ ਲੈ ਕੇ ਜੀ ਨਹਿਰ ਛਾਲ ਮਾਰ ਕੇ ਮਰ ਗਿਆ ਜੀ। ਘਰੋਂ ਗਿਆ ਤਾਂ ਤੁਹਾਨੂੰ ਉੱਥੋਂ ਕੀ ਮਿਲਿਆ? ਉੱਥੋਂ ਸਾਨੂੰ ਜੀ ਇਹਦਾ ਮੋਟਰਸਾਈਕਲ ਬਰਾਮਦ ਹੋਇਆ ਜੀ, ਉਹਦੇ ਵਿੱਚ ਜਿਹਦੇ ਸੁਸਾਈਟ ਦੇ ਜਿਹਦੇ ਨੰਬਰ ਲਿਖੇ ਜੀ ਨੇ ਸਾਰਿਆਂ ਦੇ ਨਾਂ ਲਿਖੇ ਜੀ, ਸਹੁਰੇ ਪਰੇਸ਼ਾਨ ਹੋ ਜੀ ਨੇ ਜੀ, ਉਹਨਾਂ ਦੇ ਸਾਰੇ ਨਾਂ ਲਿਖੇ ਹੋਏ ਜੀ। ਉਹ ਪਰਚੀ ਮਿਲੀ ਹੈ ਜੀ ਸਾਨੂੰ ਬਕਾਇਦਾ, ਪਰਚੀ ਮਿਲੀ ਤੇ ਚਪਲਾਂ ਪਈਆਂ ਸੀ ਜੀ, ਚਪਲਾਂ ਪਈਆਂ ਜੀ। ਹਾਂਜੀ, ਡੈਡ ਬੋਡੀ ਸਾਨੂੰ 4 ਦਿਨਾਂ ਬਾਅਦ ਹੀ ਬਰਾਮਦ ਹੋਈ ਨਹਿਰਾਂ 'ਚ ਜੀ। ਕੀ ਕਾਰਵਾਈ ਦੀ ਇਹਨਾਂ ਤੇ ਸਖਤ ਕਾਰਵਾਈ? ਸਾਡੇ ਵੱਲੋਂ ਪੂਰੀ ਇਹੀ ਮੰਗ ਹੈ ਜੀ ਕਿ ਇਹਨਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ। ਅਸੀਂ ਹਾਂਜੀ ਬਹੁਤ ਪਰਿਵਾਰ ਬਹੁਤ ਪਰੇਸ਼ਾਨ ਹੈ, ਸਾਡਾ ਇਕੱਲਾ ਘਰਾ ਪੁੱਤ ਸੀ, ਅਸੀਂ ਇਸ ਵੱਲੋਂ ਬਹੁਤ ਦੁਖੀ ਹਾਂ ਜੀ, ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰਕਾਰ ਵੱਲੋਂ। ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ? ਮੇਰਾ ਨਾਮ ਸੁਖਿੰਦਰ ਸਿੰਘ ਹੈ ਜੀ, ਮੇਰਾ ਪਿੰਡ ਲੋਪੋ ਹੈ ਜੀ। ਸੁਖਿੰਦਰ, ਇਹ ਜਿਹੜੀ ਡੈਥ ਹੋਈ ਹੈ ਕਿੰਨੀ ਕੁ ਉਮਰ 'ਚ ਤੇ ਕਿਵੇਂ ਹੋਈ? ਇਹ 57-58 ਸਾਲਾਂ ਦੀ ਉਮਰ ਸੀਗੀ ਜੀ, ਅਤੇ ਇਹਨਾਂ ਨਾਲ ਜਿਹੜਾ ਸਹੁਰਾ ਪਰਿਵਾਰ ਇਹਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਸੀਗਾ ਜੀ, ਉਹਨਾਂ 'ਤੇ ਤੰਗ ਪਰੇਸ਼ਾਨ ਕਰਕੇ ਉਹਨਾਂ ਨੇ ਸੁਸਾਈਡ ਦਾ ਨੋਟ ਲਿਖ ਕੇ ਅਤੇ ਉਹਨਾਂ ਦੇ ਘਰ। ਕਿੰਨੀ ਦੇਰ ਕਿੱਥੇ ਵਿਆਹਿਆ ਸੀਗਾ? ਇਹ ਤੁੰਬੜਪਨ ਵਿਆਹਿਆ ਹੋਇਆ ਸੀਗਾ ਜੀ। ਕਿੰਨੀ ਦੇਰ ਪਹਿਲਾਂ ਵਿਆਹਿਆ? ਇਹਨੂੰ ਹਜੇ 5 ਮਹੀਨੇ ਨਹੀਂ ਹੋਏ ਸੀ ਵਿਆਹ ਨੂੰ। ਹਾਂਜੀ, ਤੰਗ ਪਰੇਸ਼ਾਨ ਕਰਦੇ? ਹਾਂਜੀ ਹਾਂਜੀ, ਪਹਿਲਾਂ ਹੀ ਟੋਰਚਰ ਕਰਦੇ ਸੀ ਉਹਨੂੰ, ਗਾਲੀ ਗਲੋਚ, ਪੰਚਾਇਤੀ ਰਾਹੀਂ 2-3 ਨਰੀ ਲਿਆਇਆ ਗਿਆ ਇਹਨੂੰ ਪਹਿਲਾਂ ਵੀ। ਹਾਂਜੀ, ਪੰਚਾਇਤ ਰਾਹੀਂ 2-3 ਨਰੀ ਲਿਆਇਆ ਗਿਆ, ਉਹ ਰਹਿੰਦੇ ਰਹਿਣ ਨਹੀਂ ਦਿੰਦੇ ਸੀ ਇੱਥੇ, ਨਹੀਂ ਨਹੀਂ ਰਹਿੰਦੀ ਜੀ। ਕੁੱਟਮਾਰ ਵੀ ਕਰਦੇ ਸੀਗੇ? ਨਹੀਂ, ਕੁੱਟਮਾਰ ਤਾਂ ਨਹੀਂ, ਵੈਸੇ ਗਾਲੀ ਗਲੋਚ ਉਹਨੂੰ ਪਰੇਸ਼ਾਨ ਹੀ ਕਰਦੇ ਸੀਗੇ। ਉਹ ਕੁੜੀ ਦਾ ਕਰਦਾ ਬਹੁਤ ਸੀ, ਉਹਨੂੰ ਰੱਖ ਕੇ ਵੀ ਖੁਸ਼ ਸੀ, ਪਰ ਉਹ ਰਹਿਣ ਹੀ ਨਹੀਂ ਦਿੰਦੇ ਸੀਗੇ ਜੀ ਇੱਥੇ ਨੂੰ। ਤੰਗ ਆ ਕੇ ਸੁਸਾਈਡ ਕੀਤਾ? ਹਾਂ, ਤੰਗ ਆ ਕੇ ਜੀ ਉਹਨਾਂ ਨੇ ਫਿਰ ਇਹ ਉਹਦੇ ਕੋਈ ਹੱਲ ਹੀ ਨਹੀਂ ਰਿਹਾ। ਕਿੱਥੇ ਡੁੱਬਿਆ? ਇਹ ਜੀ ਘੱਲ ਕਾਲਾਂ ਵਾਲੀ ਨਹਿਰ ਆ ਜੀ। ਕੀ ਕਰਦਾ, ਕੀ ਕੰਮ ਕੀ ਕਰਦਾ? ਇਹ ਵਿਕਰੀ ਵਾਲੀ ਦੁਕਾਨ 'ਤੇ ਜੀ, ਆਈਸਕ੍ਰੀਮ ਪੇਸਟੀ ਵਾਲੀ ਦੁਕਾਨ 'ਤੇ ਲੱਗਿਆ ਸੀ, ਮਾਮੇ ਦੀ ਦੁਕਾਨ 'ਤੇ। ਕੰਮ 'ਤੇ ਗਿਆ ਕਰੋ? ਹਾਂਜੀ, ਘਰੇ ਕੰਮ ਤੋਂ ਗਿਆ ਜੀ ਇਹ, ਅਤੇ ਉਦੋਂ ਬਾਅਦ 'ਚ 9:30 ਵਜੇ ਉੱਥੇ ਜਦੋਂ ਕੰਮ ਤੋਂ ਨਿਕਲਿਆ, ਘਰ ਵਾਪਸ ਨਹੀਂ ਆਇਆ। ਭਾਲ ਕੀਤੀ ਤੇ ਕਿੱਥੇ ਮਿਲਿਆ? ਭਾਲ ਕੀਤੀ ਜੀ, ਉਹਦੇ ਅਸੀਂ ਰਾਤ ਸਾਰੇ ਭਾਲਦੇ ਰਹੇ, ਕਿਤੇ ਨਹੀਂ ਮਿਲਿਆ। ਦੂਜੇ ਦਿਨ ਜਾ ਕੇ ਸਾਨੂੰ ਭਾਲ ਕੀਤੀ ਅਤੇ ਇਹਦਾ ਮੋਟਰਸਾਈਕਲ ਅਤੇ ਚਪਲਾ ਸਾਨੂੰ ਨਹਿਰ 'ਚੋਂ ਮਿਲਿਆ। ਹਾਂਜੀ, ਹੁਣ ਸਹੁਰਾ ਪਰਿਵਾਰ 'ਤੇ ਜਿਹੜੀ ਕਾਰਵਾਈ, ਕੀ ਮੰਗ ਹੈ? ਮੰਗ ਇਹ ਹੈ ਜੀ, ਸਾਨੂੰ ਸਾਫ ਮਿਲਣਾ ਚਾਹੀਦਾ ਜੀ, ਉਹਨਾਂ ਨੂੰ ਸਾਰਿਆਂ ਨੂੰ ਅਰੈਸਟ ਕੀਤਾ ਜਾਵੇ ਜੀ। ਬਸ, ਹਾਂਜੀ, ਸਹੁਰੇ ਪਰਿਵਾਰ ਨੂੰ। ਇਹ ਸਾਡੇ ਕੋਲ 25 ਤਰੀਕ ਨੂੰ ਇੱਕ ਇਨਫੋਰਮੇਸ਼ਨ ਆਈ ਸੀਗੀ ਵੀ ਨਹਿਰ ਦੀ ਪਰਲੀ 'ਤੇ ਇੱਕ ਮੋਟਰਸਾਈਕਲ ਵਗੈਰਾ ਖੜ੍ਹਾ ਜਿਹਦਾ ਵੀ ਸ਼ਾਕਾ ਵੀ ਇਹਨੇ ਕਹਿੰਦੇ ਨਹਿਰ ਦੇ ਵਿੱਚ ਛਾਲ ਵਗੈਰਾ ਮਾਰੀ ਆ, ਅਤੇ ਉਸ 'ਤੇ ਅਸੀਂ ਇਹਦੀ ਰਾਪਟ ਲਿਖ ਕੇ ਆਪਦੀ, ਅਤੇ ਅਸੀਂ ਆਪਦੀ ਉਹਨਾਂ ਨੂੰ ਕਿਹਾ ਸੀ ਵੀ ਜਦ ਤੱਕ ਇਹ ਡੈੱਡ ਬੋਡੀ ਨਹੀਂ ਸਾਨੂੰ ਕੋਈ ਮਿਲਦੀ, ਹੋ ਸਕਦਾ ਵੀ ਕਈ ਵਾਰੀ ਹੁੰਦਾ ਬੰਦਾ ਮੋਟਰਸਾਈਕਲ
ਠਲਤਾ ਬੰਦਾ ਆਸੇ ਪਾਸੇ ਹੋ ਜਾਏ ਅਤੇ ਅਸੀਂ ਪਰਚਾ ਦਰਜ ਨਹੀਂ ਕਰ ਸਕਦੇ ਸੀ ਮੌਕੇ 'ਤੇ। ਉਹਦੀ ਡੈੱਡ ਬੋਡੀ ਸਾਨੂੰ ਕੱਲ੍ਹ ਬਰਾਮਦ ਹੋਈ ਹੈ ਸ਼ਾਮ ਨੂੰ ਕੋਈ 5:15 ਦੇ ਕਰੀਬ, ਅਤੇ ਅਸੀਂ ਉਹ ਅੱਗੇ ਪਰਚਾ ਦਰਜ ਕਰ ਚੁੱਕੇ ਹਾਂ ਅਤੇ ਬਾਕੀ ਅਗਲੀ ਜਿਹੜੀ ਇਨਵੈਸਟੀਗੇਸ਼ਨ ਉਹ ਜਾ ਰਹੀ ਹੈ। ਕੁਛ ਉੱਥੇ ਮਿਲਿਆ, ਕੋਈ ਸੁਸਾਈਡ ਵੀ ਮਿਲਿਆ? ਹਾਂਜੀ, ਇੱਕ ਸੁਸਾਈਡ ਨੋਟ ਹੈ ਜੀ ਅਤੇ ਉਹਦਾ ਮੋਟਰਸਾਈਕਲ ਵਗੈਰਾ ਹੈ। ਕੀ ਲਿਖਿਆ ਸੀ ਉਹਦੇ 'ਤੇ? ਨਹੀਂ, ਉਹਦੇ ਬਾਰੇ ਇਨਵੈਸਟੀਗੇਸ਼ਨ ਦਾ ਵਿਸ਼ਾ ਅਸੀਂ ਇਹ ਨਹੀਂ। ਹਾਂਜੀ, ਉਹਨਾਂ ਦਾ ਕੋਈ ਆਪਦਾ ਘਰੇਲੂ ਡਿਸਪਿਊਟ ਸੀਗਾ ਆਪਦੇ ਸਹੁਰਿਆਂ ਦੇ ਨਾਲ, ਅਤੇ ਬਾਕੀ ਇਨਵੈਸਟੀਗੇਸ਼ਨ ਜੋ ਸਾਹਮਣੇ ਆਏਗਾ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ। ਪਰੇਸ਼ਾਨ ਕਰਦੇ ਸੀ? ਨਹੀਂ, ਉਹ ਚਲੋ ਜੋ ਵੀ ਸੀ ਉਹਨਾਂ ਦਾ ਘਰੇਲੂ ਮਾਮਲਾ ਸੀ ਉਹਨਾਂ ਦਾ, ਕੋਈ ਉਹਦਾ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਦਾ ਵੀ ਕੀ ਮਤਲਬ ਸੀ ਅਸਲ, ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਨਹੀਂ, ਇਹ ਅਕਿਊਜ਼ ਨੇ ਜੋ ਵੀ ਉਹਨਾਂ ਨੇ ਸੁਸਾਈਡ ਦੇ ਵਿੱਚ ਇਹਨਾਂ ਬੰਦਿਆਂ ਦੇ ਨਾਂ ਲਿਖੇ ਨੇ ਅਸੀਂ ਉਹਨਾਂ ਦੇ ਖਿਲਾਫ਼ ਪਰਚਾ ਦਰਜ ਕਰਤਾ ਹੈ। ਅਗਲੀ ਇਨਵੈਸਟੀਗੇਸ਼ਨ ਜਿਹੜੀ ਉਹ ਅੱਗੇ ਜਾਰੀ ਹੈ।